ਅੱਜ ਮੰਗਣ ਜੋ ਹਾਂ
अली को सही का शरीर से मेरे माँ की बात कर दो सर सही से सर बड़ी मोहब्बत के साथ सारे नबी औलादे अली पीर सैयद शफीक शाह साहब है आस्ताना अली अली को सही का बेटा आप से जिन्हें तो नहीं है बल्कि साथ हाजी रफीक हसन कुरैशी साहब अल्हम्दुलिल्लाह आप इसलिए खा रहे हैं हम सलात इकराम को लेकिन तुम ना रल लिया दूसरे मिसरे
ਨੂੰ ਮੈਂ ਦਿਲੋਂ ਦੁਆ ਕਰਦਾ ਯਾ ਅੱਲਾ ਜਿਹੜਾ ਪਹਿਲਾ ਮਿਸਰਾ ਸਭ ਤੋਂ ਗੁੰਬਦ ਵਾਲਾ ਅੱਜ ਪੂਰੇ ਰਾਵੀ ਰਿਆਣ ਜੀ ਦੀ ਆਵਾਜ਼ ਆਏ ਅੱਜ ਇਸ ਮਹਿਫਲ ਚੋਂ ਉੱਠ ਕੇ ਗਏ ਸਵੇਰੇ ਫਜਰ ਦੀ ਨਮਾਜ਼ ਤੋਂ ਬਾਅਦ ਉਹਦੀ ਅੱਖ ਲੱਗੇ ਮੇਰੇ ਕੰਬਲੀ ਵਾਲੇ ਦਾ ਦੀਦਾਰ ਨਸੀਬ ਹੁੰਦਾ ਤੁਹਾਡੀ ਮਰਜ਼ੀ ਹੈ ਹੁਣ ਤੁਹਾਡੀ ਮਰਜ਼ੀ ਹੈ ਵੀ ਸਭ ਤੁਸੀਂ ਸਟੇਜ ਵੱਲ ਵੇਖਣਾ ਕੌਣ ਪੜਦਾ ਤੇ ਕੌਣ ਨਹੀਂ ਪੜਦਾ ਕੌਣ ਕੌਣ ਚੈੱਕ ਨਹੀਂ ਕਰਨ ਆ ਗਿਆ ਕੌਣ ਚੈੱਕ ਨਹੀਂ ਕਰਨ ਆਇਆ ਇੱਕ ਆਵਾਜ਼ ਹੋ ਕੇ ਸਾਰੇ ਨੇ ਕਹਿਣਾ
ਬੜਾ ਸ਼ੌਕ ਸੀ ਔਰ ਦਿਨ ਰਾਤ ਗੱਡੀ ਚ ਵੀ ਸੋਚਦਾ ਸੀ।
ਮੈਂ ਜਦੋਂ ਦੀ ਮਹਿਫਲ ਚ ਗਿਆ ਜਦੋਂ ਮੈਂ ਕਲਾਮ ਪੜਿਆ ਉਹ ਕੈਂਸਰ ਦਾ ਮਰੀਜ਼ ਸੀ ਉਹ ਬੰਦਾ ਦਾ ਔਰ ਉਹ ਐਸੀ ਕੋਈ ਕੈਫੀਅਤ ਬਣੀ ਐਸਾ ਕੋਈ ਮਾਹੌਲ ਬਣਿਆ ਕਿ ਸਾਰਿਆਂ ਦੀਆਂ ਅੱਖਾਂ ਅਸ਼ਕਬਾਰ ਹੋ ਗਈਆਂ ਔਰ ਉਹ ਇਹਨਾਂ ਨੂੰ ਰੋਇਆ ਇਹਨਾਂ ਨੂੰ ਰੋਇਆ ਔਰ ਨਾਲ ਨਾਲ ਮੈਨੂੰ ਸ਼ੇਰ ਯਾਦ ਕਰਵਾਏ ਇਹ ਵਾਲਾ ਪੜੋ ਇਹ ਵਾਲਾ ਪੜੋ ਇੰਨੀ ਉਹਦੀ ਕੈਫੀਅਤ ਬਣੀ ਯਕੀਨ ਕਰੋ ਉਸ ਬੰਦੇ ਨੇ ਇਸ ਨਾਥ ਦੇ ਦੌਰਾਨ ਅੱਲਾ ਨੇ ਦੁਆ ਕੀਤੀ ਅੱਲਾ ਮੈਨੂੰ ਇਸ ਨਾਥ ਦਾ ਸਦਕਾ ਇਸ ਮਿਲਾਦ ਦਾ ਸਦਕਾ ਸਿੱਧੀ ਅਕੀਦਾ ਫਰਮਾ ਬਾਅਦ ਜੋ ਟੈਸਟ ਕਰਵਾਏ ਬਿਲਕੁਲ ਠੀਕ ਹੋ ਗਏ ਮੈਂ ਉਹ ਕਲਾਮ ਪੇਸ਼ ਕਰਨ ਲੱਗਾ ਦੋ ਅਸ਼ਾਰ ਮੈਂ
तड़का लगे लगा लोगों अपने बनाया रे जी जल बन दी लोगों अपने बनाया रे जी जल बन दी अल्लाह मुझे जल बन दी बाबा जी
Yeah.
ਹਸਤੀਆਂ ਦਾ ਮੈਂ ਨਾਂ ਲੈ ਲਗਾ ਉਹਨਾਂ ਤੋਂ ਸਾਡੀ ਜਾਨ ਵੀ ਕੁਰਬਾਨ ਦੇ ਹੱਥਾਂ ਤੇ ਹੱਥ ਕੜੀ ਵੀ ਲੱਗੀ ਰਹੀ ਹੈ ਫੇਰ ਵੀ ਕਹੀ ਜਾਂਦੇ ਸਨ ਯਾ ਰਸੂਲ ਅੱਲਾ ਤੇਰੇ ਚਾਹਣੇ ਵਾਲੋ ਕੀ ਹੈ ਮੁਰੀਦ ਕੇ ਵਾਲੋ ਰਾਵੀ ਰਿਆਨ ਵਾਲੋ ਅੱਜ ਉਹਨਾਂ ਦੋ ਆਸ਼ਕੇ ਰਸੂਲ ਦੇ ਮੈਂ ਨਾਂ ਲੈ ਲਗਾ ਜਿਹਦੇ ਹੱਥਾਂ ਤੇ ਨਹੀਂ ਲੱਗੀ ਹੱਥ ਕੜੀ ਤੇ ਫਖਰ ਮਹਿਸੂਸ ਕਰਦਾ ਉਹਨਾਂ ਦੇ ਨਾਂ ਤੇ ਹੱਥ ਖੜਾ ਕਰਨਾ ਉਹ ਇਨਸ਼ਾਅੱਲਾ ਹੱਥ ਖੜਾ ਕਰਕੇ ਕਹੇਗਾ ਪਰੇਸ਼ਾਨੀਆਂ ਦੂਰ ਹੋ ਜਾਣ ਸਰਕਾਰ ਦੀ ਨਮੂਸ ਦਾ ਸਦਕਾ ਤਾਜਦਾਰੇ ਖਤਮੇ ਨਬੂਤ ਨਾਰਾ ਲਾਣ ਦਾ ਸਦਕਾ ਅੱਲਾ ਪਰੇਸ਼ਾਨੀਆਂ ਦੂਰ ਕਰ ਦੇ ਜਿਹੜੇ ਬੇ ਔਲਾਦ ਨੇ ਅੱਲਾ ਉਹਨਾਂ ਨੂੰ ਔਲਾਦ ਦੇ ਨਵੀਨਾ ਤਾ ਫਰਮਾਏ ਸ਼ਰਮਾਣਾ ਨਹੀਂ ਅੱਜ ਜਿਨ੍ਹਾਂ ਮੁਨਕਰਾਂ ਨੂੰ ਤਾਜਦਾਰੇ ਖਤਮੇ ਨਬੂਤ ਦਾ ਨਾਰਾ ਲਾਈਏ ਉਹਨਾਂ ਦੇ ਮੱਥੇ ਤੇ ਵੱਟ ਪੈਂਦਾ ਉਹਨਾਂ ਤੱਕ ਤੁਹਾਡੀ ਆਵਾਜ਼ ਜਾਏ ਮੁਰੀਦ ਕੇ ਕੀ ਕਾਮੋ ਕੀ ਗੁਜਰਾਂ ਵਾਲਾ ਕੀ ਲਾਹੌਰ ਤੱਕ ਰਾਜੀ ਰਿਆਣ ਵਾਲਾ ਨਾਰਾ ਲਾਣਾ